ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ RH Study ਦੇ ਵਿੱਚ ਆਪਣੇ ਕਲਾਸ ਜਿਹੜੀ ਹਿਸਟਰੀ ਦੇ ਨਾਲ ਚੱਲ ਰਹੀ ਹੈ ਸੀ ਜਿਸ ਦੇ ਵਿੱਚ ਆਪਾਂ ਹਿਸਟਰੀ ਦੇ ਪਿੱਛੇ ਕਈ ਲੈਕਚਰ ਬਣਾ ਚੁੱਕੀਆਂ ਹੁਣ ਤਕਰੀਬਨ ਜਿਹੜੇ ਆਪਣੇ 5 ਕਲਾਸ ਨੇ ਇਸ ਤੋਂ ਪਹਿਲਾਂ ਬਣ ਚੁੱਕੀਆਂ ਨੇ ਜੀ ਅੱਜ ਦਾ ਜਿਹੜਾ ਆਪਣਾ ਟੋਪਿਕ ਹੈ ਟੋਪਿਕ ਨੰਬਰ 6 ਚੱਲ ਰਿਹਾ ਹੈਗਾ ਜਿਸ ਦੇ ਵਿੱਚ ਆਪਾਂ ਪੜ੍ਹਾਂਗੇ ਚਿਲਿਆਂ ਵਾਲਾ ਬਾਗ ਹੱਤਿਆ ਕਾਂਡ ਆਪਣੀ ਕਲਾਸ ਜਿਹੜੀ 1885 ਤੋਂ ਸਟਾਰਟ ਹੋਈ ਸੀ ਕਾਂਗਰਸ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਕੱਲ ਪੜ੍ਹਿਆ ਸੀ 1919 ਦਾ ਰੋਲ ਐਕਟ ਉਨਾ ਜਿਸ ਤੋਂ ਅੱਗੇ ਪੜਾਂਗੇ ਆਪਾਂ ਕੱਲ ਜਿਹੜਾ ਆਪਾਂ ਸਟਾਰਟ ਕੀਤਾ ਸੀ ਭਾਰਤੀ ਸੁਤੰਤਰਤਾ ਲਈ ਸੰਘਰਸ਼ ਭਾਵ 1900 19 ਤੋਂ 1947 ਤੱਕ ਜਦੋਂ ਦੇਸ਼ ਨੂੰ ਆਜ਼ਾਦੀ ਮਿਲੂਗੀ ਉਦੋਂ ਤੱਕ ਜਿਹੜਾ ਇਹ ਸਾਰਾ ਟਰਨ ਵਾਈਜ਼ ਟਰਨ ਜਿਹੜੇ ਕਲਾਸਾਂ ਲਗਾਤਾਰ ਆਪਣੀ ਚੱਲਣਗੇ ਤੇ ਭਾਵ ਜਿਹੜੀਆਂ ਵੀ 1919 ਤੋਂ ਲੈ ਕੇ 1947 ਤੱਕ ਘਟਨਾਵਾਂ ਹੋਈਆਂ ਨੇ ਉਹਨਾਂ ਸਭ ਬਾਰੇ ਆਪਾਂ ਪੜਾਂਗੇ ਤੇ ਇੱਕ ਕੱਲ ਹੋਰ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਇੱਕ ਅਜਿਹਾ ਪਰਸਨ ਇਕੱਲਾ ਜਿਸਦੇ ਸਿਰਫ ਨਾਮ ਦੇ ਉੱਪਰ ਹੀ ਕੀ ਚੱਲਿਆ ਇਕੱਲੇ ਪਰਸਨ ਦੇ ਨਾਮ ਉੱਪਰ ਇੱਕ ਯੁੱਗ ਚੱਲਿਆ ਕੌਣ ਸੀ ਮਹਾਤਮਾ ਗਾਂਧੀ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਕਾਫੀ ਜਿਹੜੇ ਕੰਮ ਕੀਤੇ ਨੇ ਤੇ ਕੱਲ ਉਹਨਾਂ ਦੀ ਐਂਟਰੀ ਹੋਈ ਸੀ ਇਹਨਾਂ ਦੇ ਵਿੱਚ ਹਨਾ ਸੋ ਅੱਜ ਜਿਹੜੀ ਆਪਣੀ ਕਲਾਸ ਅੱਜ ਆਪਾਂ ਪੜਾਂਗੇ ਜ਼ਿਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਹੁਣ ਦੇਖੋ ਕੱਲ ਆਪਾਂ ਪੜਿਆ ਸੀ ਰੋਲ ਟੈਕਟ ਬਾਰੇ ਰੋਲ ਟੈਕਟ ਸੀ ਜਿਹੜਾ ਜਿਹੜਾ ਅੰਗਰੇਜ਼ਾਂ ਨੇ ਪਾਸ ਕੀਤਾ ਸੀ ਜਿਸ ਦੇ ਵਿੱਚ ਕੀ ਸੀ ਨਾ ਦਲੀਲ ਨਾ ਅਪੀਲ ਤੇ ਨਾ ਵਕੀਲ ਭਾਵੇਂ ਜਦੋਂ ਕਿਸੇ ਤੇ ਵੀ ਸ਼ੱਕ ਹੋ ਜਾਂਦਾ ਅੰਗਰੇਜ਼ੀ ਸਰਕਾਰ ਨੂੰ ਬਿਨਾ ਵਾਰੰਟ ਜਾਰੀ ਕੀਤੇ ਉਹ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੀ ਸੀ ਸੋ ਉਸੇ ਦੇ ਜਿਹੜੇ ਅਕੋਰਡਿੰਗ ਸੀ ਲੋਕਾਂ ਨੇ ਕੀ ਕੀਤਾ ਜਿਹੜੇ ਅੱਗੇ ਇਸ ਦੇ ਕਾਫੀ ਵਿਰੋਧ ਹੋਏ ਨੇ ਹੁਣ ਦੇਖੋ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਕਹਿੰਦੇ ਜਿਹੜੇ ਇੱਕ ਹੱਤਿਆਕਾਂਡ ਹੋਇਆ ਸੀ 14 ਅਪ੍ਰੈਲ 1919 ਨੂੰ ਇਹ ਤਾਂ ਸਭ ਜਾਣਦੇ ਆ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਇਹ ਹੋਇਆ ਕਾਦੇ ਵਾਸਤੇ ਸੀਗਾ ਇਹ ਹੋਇਆ ਸੀ ਰੋਲ ਐਕਟ ਦੇ ਵਿਰੋਧ ਵਾਸਤੇ ਹੁਣ ਦੇਖੋ ਰੋਲ ਐਕਟ ਮੈਂ ਤੁਹਾਨੂੰ ਕੱਲ ਵੀ ਸੁਣਾਇਆ ਸੀ ਕਿ ਭਾਰਤੀ ਲੋਕਾਂ ਨੇ 1919 ਦੇ ਵਿੱਚ ਜਿਹੜਾ ਇੱਕ ਰੋਲ ਐਕਟ ਪਾਸ ਕੀਤਾ ਸੀ ਅੰਗਰੇਜ਼ੀ ਸਰਕਾਰ ਨੇ ਉਸ ਦਾ ਵਿਰੋਧ ਕਰਨ ਦੇ ਲਈ ਅੰਗਰੇਜ਼ੀ ਦਾ ਸਰਕਾਰ ਦਾ ਕੀ ਕੀਤਾ ਸੀ ਵਿਰੋਧ ਕੀਤਾ ਸੀ ਤੇ ਇਸ ਦੇ ਲਈ ਕਿਹੜੇ ਥਾਂ ਥਾਂ ਤੇ ਜਲਸੇ ਕਿੱਥੇ ਗਏ ਜਲੂਸ ਕੱਢੇ ਗਏ ਕਹਿੰਦੇ ਸਰਕਾਰ ਨੇ ਹਾਲਾਤਾਂ ਦੇ ਉੱਪਰ ਕਾਬੂ ਪਾਉਣ ਦੇ ਲਈ 1919 ਦੇ ਵਿੱਚ ਇਹ ਜਿਹੜਾ ਐਕਟ ਸੀ ਉਹ ਪਾਸ ਕੀਤਾ ਸੀ ਹੁਣ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਕਿ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਭਾਰਤੀ ਸੀ ਉਹਨਾਂ ਨੇ ਅੰਗਰੇਜ਼ੀ ਸਰਕਾਰ ਦਾ ਸਾਥ ਦਿੱਤਾ ਸੀ ਤੇ ਜਿਹੜੇ ਅੰਗਰੇਜ਼ਾਂ ਨੇ ਮਾਂਟੈਗੂ ਚੈਂਸਫੋਰਡ ਰਿਪੋਰਟ ਦੇ ਅਧੀਨ 1919 ਦੇ ਲਈ ਇਹਨਾਂ ਨੂੰ ਇੱਕ ਰਿਪੋਰਟ ਜਾਰੀ ਕੀਤੀ ਸੀ ਪਰ ਉਸ ਰਿਪੋਰਟ ਦੇ ਵਿੱਚ ਜਿਹੜੀਆਂ ਧਾਰਾਵਾਂ ਸੀ ਜਿਹੜੇ ਮੈਂ ਤੁਹਾਨੂੰ ਕੱਲ ਦੱਸੀ ਸੀ ਪ੍ਰਾਂਤਾਂ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਸੰਪਰਦਾਇਕ ਚੋਣ ਪ੍ਰਣਾਲੀ ਦੀ ਜਿਹੜੀ ਵਿਵਸਥਾ ਕਰਨੀ ਅਤੇ ਵਿਸ਼ਿਆਂ ਦੀ ਵੰਡ ਕਰਨੀ ਜਿਹੜੀ ਇਹ ਸਭ ਸੀ ਇਹ ਭਾਰਤੀ ਲੋਕਾਂ ਨੂੰ ਪਸੰਦ ਨਹੀਂ ਆਏ ਤੇ ਇਸ ਕਰਕੇ ਕੀ ਸੀ ਇਹਨਾਂ ਨੇ ਅੰਗਰੇਜ਼ਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਪਰ ਅੰਗਰੇਜ਼ਾਂ ਨੇ ਹਾਲਾਤ ਦੇ ਉੱਪਰ ਕਾਬੂ ਪਾਉਣ ਦੇ ਲਈ ਕੀ ਲਈ ਹਾਲਾਤ ਨੇ ਜ਼ਿਆਦਾ ਖਰਾਬ ਨਾ ਹੋ ਜਾਣ ਤਾਂ ਉਹਨਾਂ ਨੇ ਰੋਲ ਐਕਟ ਪਾਸ ਕੀਤਾ ਸੀ ਜਿਸ ਦੇ ਵਿੱਚ ਬਿਨਾ ਬਰਾਂਟ ਜਾਰੀ ਕੀਤੇ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੇ ਸੀ ਤੇ ਕੋਈ ਵੀ ਸੁਣਵਾਈ ਨਹੀਂ ਹੁੰਦੀ ਸੀ ਠੀਕ ਹੈ ਜੀ ਤੇ ਜਿਹੜੇ ਪੰਡਿਤ ਮੋਤੀ ਲਾਲ ਨਹਿਰੂ ਨੇ ਕਿਹਾ ਸੀਗਾ ਕਿ ਨਾ ਵਕੀਲ ਨਾ ਅਪੀਲ ਨਾ ਵਕੀਲ ਨਾ ਦਲੀਲ ਕਹਿ ਕੇ ਇਸ ਐਕਟ ਦੀ ਜਿਹੜੀ ਨਿੰਦਿਆ ਕੀਤੀ ਸੀ ਹੁਣ ਇਸ ਐਕਟ ਦੀ ਜਿਹੜੀ ਵਿਰੋਧ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਇਕੱਠੇ ਹੋਏ ਸੀਗੇ ਕਿਹੜੇ ਦਿਨ 14 ਅਪ੍ਰੈਲ 1919 ਨੂੰ ਹੁਣ ਦੇਖੋ 1919 ਦੇ ਕਹਿੰਦੇ ਰੋਲਟ ਐਕਟ ਦਾ ਭਾਰਤ ਦੇ ਵਿੱਚ ਥਾਂ-ਥਾਂ ਦੇ ਉੱਪਰ ਵਿਰੋਧ ਕੀਤਾ ਗਿਆ ਤੇ ਲੋਕਾਂ ਨੇ ਜਲੂਸ ਅਤੇ ਜਲਸੇ ਕੱਢੇ 10 April 1919 ਨੂੰ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਪ੍ਰਸਿੱਧ ਨੇਤਾ ਡਾਕਟਰ ਕਿਚਲੂ ਅਤੇ ਡਾਕਟਰ ਸਤਪਾਲ ਨੂੰ ਗ੍ਰਿਫਤਾਰ ਕਰ ਲਿਆ ਕਿਉਂ ਕਿਉਂਕਿ ਜਿਹੜੇ ਇਹ ਲੋਕਾਂ ਦੇ ਨੂੰ ਭਗਾਉਣ ਦੇ ਵਿੱਚ ਕੀ ਕਰ ਰਹੇ ਸੀ ਕੰਮ ਕਰ ਰਹੇ ਸੀ ਅੰਗਰੇਜ਼ਾਂ ਦਾ ਹੀ ਕਹਿਣਾ ਸੀਗਾ ਪਰ ਜਿਹੜੇ ਭਾਰਤੀ ਲੋਕ ਸੀ ਉਹਨਾਂ ਨੇ ਇਹਨਾਂ ਨੂੰ ਆਪਣਾ ਨੇਤਾ ਮੰਨਿਆ ਹੋਇਆ ਸੀਗਾ ਜਦੋਂ ਇਹ ਗ੍ਰਿਫਤਾਰ ਹੋ ਗਏ ਤਾਂ ਜਿਹੜੇ ਲੋਕਾਂ ਦਾ ਗੁੱਸਾ ਸੀਗਾ ਉਹ ਹੋਰ ਵੀ ਜ਼ਿਆਦਾ ਭੜਕ ਗਿਆ ਜਦੋਂ ਹੋਰ ਵੀ ਜ਼ਿਆਦਾ ਗੁੱਸਾ ਭੜਕਿਆ ਤਾਂ ਜਿਹੜੇ ਸਰਕਾਰ ਨੇ ਜਲੂਸ ਦੇ ਉੱਪਰ ਥਾਂ-ਥਾਂ ਦੇ ਉੱਪਰ ਜਿਹੜੀ ਗੋਲੀਆਂ ਚਲਾਉਣ ਵਾਸਤੇ ਹੁਕਮ ਦਿੱਤੇ ਕਿ ਭਾਬ ਸਿੱਧੀ ਕੀ ਕਰਦੋ ਗੋਲੀਆਂ ਚਲਾ ਦਿਓ ਕਿ ਜਿੰਨੇ ਵੀ ਲੋਕ ਮਰਦੇ ਨੇ ਮਰਨ ਦਿਓ ਕਿਉਂਕਿ ਜਿਹੜੀ ਅੰਗਰੇਜ਼ੀ ਸਰਕਾਰ ਦੇ ਅੰਦਰ ਇਹ ਆ ਨਹੀਂ ਰਿਹਾ ਕਨੇਸ ਕਰਕੇ ਗੁੱਸੇ ਦੇ ਵਿੱਚ ਆ ਕੇ ਭਾਰਤੀ ਲੋਕਾਂ ਨੇ ਪੰਜ ਅਫਸਰਾਂ ਦੀ ਵੀ ਹੱਤਿਆ ਕਰ ਦਿੱਤੀ ਸੀ ਅਤੇ ਹਾਲਾਤ ਦੇ ਉੱਪਰ ਕਾਬੂ ਪਾਉਣ ਦੇ ਵਾਸਤੇ ਅੰਮ੍ਰਿਤਸਰ ਜਿਹੜੇ ਸ਼ਹਿਰ ਦੇ ਵਿੱਚ ਨੇ ਇੱਕ ਕਰਫਿਊ ਲਗਾ ਦਿੱਤਾ ਸੀ ਉਸ ਟਾਈਮ ਦੇ ਵਿੱਚ ਠੀਕ ਹੈ ਜੀ ਹਾਲਾਤ ਦੇ ਉੱਪਰ ਕਾਬੂ ਪਾਉਣ ਵਾਸਤੇ ਕਰਫਿਊ ਦੀ ਜਿਹੜੀ ਸੰਭਾਵਨਾ ਹੋ ਗਈ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਾਂ ਉਸੇ ਦਿਨ 14 ਅਪ੍ਰੈਲ 1919 ਨੂੰ ਕਹਿੰਦੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਹੁਣ ਦੇਖੋ 14 ਅਪ੍ਰੈਲ ਨੂੰ ਕੀ ਹੁੰਦਾ ਹੈਗਾ ਪੰਜਾਬ ਦੇ ਵਿੱਚ ਵਿਸਾਖੀ ਦਾ ਦਿਨ ਹੁੰਦਾ ਹੈ ਤਾਂ ਉਸ ਦੇ ਜਿਹੜੇ ਲੋਕ ਸੀਗੇ ਆਪਣੇ ਘਰ ਪਰਿਵਾਰ ਨੂੰ ਨਾਲ ਲੈ ਕੇ ਫੈਮਿਲੀ ਨੂੰ ਨਾਲ ਲੈ ਕੇ ਮੇਲੇ ਦੇ ਉੱਪਰ ਘੁੰਮਣ ਆਏ ਹੋਏ ਸੀ ਕਈ ਲੋਕ ਤਾਂ ਜਾਈ ਸੀ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਵੀ ਨਹੀਂ ਸੀਗਾ ਕਿ ਜਿਹੜੇ ਜ਼ਿਲ੍ਹਾ ਵਾਲੇ ਬਾਗ ਦੇ ਵਿੱਚ ਕੀ ਹੋ ਰਿਹਾ ਤਾਂ ਜਦੋਂ ਇੱਕਦਮ ਜਿਹੜੀ ਅੰਗਰੇਜ਼ੀ ਸਰਕਾਰ ਕਹਿੰਦੇ ਉੱਥੇ ਆਈ ਮੇਲੇ ਦੇ ਵਿੱਚ ਆ ਕੇ ਉਹਨੇ ਸਭ ਨੂੰ ਕੀ ਕਰਤਾ ਉਥੋਂ ਖੰਡੇੜ ਦਾ ਭਾਵੇਂ ਇਹ ਕਹਤਾ ਕਿ ਸਭ ਇੱਥੇ ਸਾਰਾ ਕੁਝ ਛੱਡ ਕੇ ਚਲੇ ਜਾਓ ਤੇ ਜਿਹੜੇ ਦੂਰੋਂ ਪਾਰੋਂ ਲੋਕ ਆਏ ਸੀ ਉਹ ਇੱਕਦਮ ਤਾਂ ਨਹੀਂ ਜਾ ਸਕਦੇ ਸੀ ਹੁਣ ਜਿਹੜਾ ਉੱਥੇ ਕੀ ਪੈਂਦੀ ਸੀ ਸਭ ਤੋਂ ਨੇੜੇ ਥਾਂ ਜ਼ਿਲ੍ਹਾ ਵਾਲਾ ਬਾਗ ਸੀ ਤਾਂ ਜਿਹੜੇ ਲੋਕ ਸੀਗੇ ਉਸ ਦੇ ਅੰਦਰ ਐਂਟਰੀ ਕਰਕੇ ਥਾਂ ਥਾਂ ਤੇ ਬੈਠ ਕੇ ਕੁਝ ਖਾਣ ਪੀਣ ਲੱਗੇ ਜਾਂ ਕੁਝ ਰੈਸਟ ਕਰਨ ਲੱਗੇ ਹੁਣ ਆਪਾਂ ਇਹ ਦੇਖੋ ਮੇਲੇ ਦੇ ਵਿੱਚ ਕਿੰਦੇ ਛੋਟੇ ਬੱਚੇ ਵੀ ਹੁੰਦੇ ਨੇ ਬੁੜੇ ਵੀ ਹੁੰਦੇ ਨੇ ਸਾਰੇ ਹੁੰਦੇ ਨੇ ਹਨ ਜਦੋਂ ਥਾਂ ਥਾਂ ਦੇ ਉੱਪਰ ਮੈਂ ਉੱਥੇ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਬੈਠੇ ਸੀ ਤਾਂ ਜਿਹੜੇ ਲੋਕ ਸੀ ਉਹ ਤਾਂ ਵੈਸੇ ਬੈਠੇ ਸੀ ਆਪਣੀ ਸੰਭਾਵਨਾ ਆਪਾਂ ਇੱਕ ਐਸਾ ਹੈ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੱਥੇ ਕੀ ਹੋ ਰਿਹਾ ਹੈ ਵਾਰੇ ਜਿਹੜੇ ਕੁਝ ਕੁ ਲੋਕ ਸੀ ਇੱਕ ਪਾਸੇ ਉਥੇ ਇਕੱਠੇ ਹੋ ਕੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਇਹ ਸੈਕਟਰ ਦਾ ਕੀ ਕਰ ਰਹੇ ਸੀ ਰੋਜ਼ ਪ੍ਰਦਰਸ਼ਨ ਕਰ ਰਹੇ ਸੀ ਜਿਹੜੇ ਆਮ ਵਿਚਾਰੇ ਸੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਨਾ ਇਹਨਾਂ ਗੱਲਾਂ ਬਾਰੇ ਕੀ ਕੀ ਹੋ ਰਿਹਾ ਹੈ ਜਿਹੜੇ ਬਾਕੀ ਸੀ ਉਹ ਉਥੇ ਰੋਜ਼ ਪ੍ਰਦਰਸ਼ਨ ਕਰ ਰਹੇ ਸੀ ਹੁਣ ਜਦੋਂ ਉਥੇ ਅੰਗਰੇਜ਼ੀ ਸਰਕਾਰ ਆਈ ਉਹਨਾਂ ਨੇ ਆ ਕੇ ਨਾ ਜਿਹੜੇ ਜਿਲ੍ਹਿਆਂ ਵਾਲੇ ਬਾਗ ਨੂੰ ਇੱਕਦਮ ਕਹਿੰਦੇ ਆਲੇ ਦੁਆਲੇ ਕੀ ਕਰ ਲਿਆ ਕਲੀਅਰ ਲਿਆ ਪੁਲਿਸ ਨੇ ਗੇਟ ਦੇ ਉੱਪਰ ਵੀ ਕੀ ਹੋ ਗਿਆ ਉਹਨਾਂ ਨੇ ਕਹਿੰਦੇ ਇੱਕ ਤਰ੍ਹਾਂ ਦੀ ਨਾ ਤੋਪ ਗੰਜਾਂ ਮਸ਼ੀਨ ਰੱਖੀ ਸੀ ਭਾਵੇਂ ਕਿ ਜਿਹੜੀ ਗੋਲੀਆਂ ਸਿੱਧੀਆਂ ਅੰਦਰ ਨੂੰ ਵੱਜਣ ਤਾਂ ਉਹਨਾਂ ਨੇ ਇੱਕ ਮਿੰਟ ਕ ਪਤਾ ਨਹੀਂ 1 ਮਿੰਟ ਹੀ 3 ਮਿੰਟਾਂ ਟਾਈਮ ਦਿੱਤਾ ਸੀ ਜ਼ਿਲ੍ਹਾ ਵਾਲੇ ਬਾਗ ਦੇ ਵਿੱਚੋਂ ਲੋਕਾਂ ਨੂੰ ਨਿਕਲਣ ਵਾਸਤੇ ਕਿਉਂਕਿ ਜਿਹੜੇ ਆਮ ਲੋਕ ਸੀ ਸੋਚਣ ਦੇ ਵਿੱਚ ਹੀ ਆਪਾਂ ਨੂੰ 3 ਮਿੰਟ ਲੱਗ ਜਾਂਦੇ ਨੇ ਕਿ ਕੀ ਗੱਲ ਹੋ ਰਹੀ ਹੈ ਤੇ ਕਿਉਂ ਬਾਹਰ ਜਾਣ ਲਈ ਕਹਿ ਰਹੇ ਨੇ ਹੈਨਾ ਤਾਂ ਕਹਿੰਦੇ ਇੱਕਦਮ ਉੱਥੇ ਆ ਕੇ ਜਰਨਲ ਡਾਇਰੀ ਸੀ ਉਸਨੇ ਆ ਕੇ ਗੋਲੀਆਂ ਚਲਾਉਣ ਦਾ ਸਿੱਧਾ ਹੁਕਮ ਦਿੱਤਾ ਜੋ ਸਿੱਧਾ ਹੀ ਹੁਕਮ ਦੇਤਾ ਜਿਹੜੇ ਲੋਕ ਸੀ ਇੱਕਦਮ ਆਪਣੀ ਜਾਨ ਨੂੰ ਬਚਾ ਕੇ ਭੱਜਣ ਲੱਗੇ ਔਰ ਆਪਾਂ ਨਾ ਕੋਈ ਆਪਣੇ ਬੱਚੇ ਸਮਾਉਂ ਰਹੇ ਸੀ ਕੋਈ ਕੁਝ ਕਰ ਰਹੇ ਸੀ ਤਾਂ ਕਈ ਲੋਕ ਸੀ ਜਿਹੜੇ ਉੱਥੇ ਖੂਹ ਸੀ ਨਾ ਖੂਹ ਦੇ ਵਿੱਚ ਛਾਲਾ ਮਾਰ ਲੱਗੇ ਆਪਣੀ ਜਾਨ ਬਚਾਉਣ ਵਾਸਤੇ ਤਾਂ ਕਹਿੰਦੇ ਉਹ ਖੂਹ ਦੇ ਵਿੱਚ ਵੀ ਨਾ ਲਾਸ਼ਾਂ ਨਾਲ ਭਰ ਗਿਆ ਸੀ ਉਹ ਇੰਨੀ ਜ਼ਿਆਦਾ ਮਾੜੇ ਹਾਲਾਤ ਹੋਏ ਸੀ ਇੰਨੇ ਜ਼ਿਆਦਾ ਉੱਥੇ ਕਹਿੰਦੇ ਲੋਕਾਂ ਦੀ ਡੈਥ ਹੋਈ ਸੀਗੀ ਜਿਸ ਦੇ ਵਿੱਚ ਕਹਿੰਦੇ ਲਗਭਗ 20000 ਲੋਕ ਸੀ ਜਿਹੜੇ ਉੱਥੇ ਇਕੱਠੇ ਸੀਗੇ ਜਿਨ੍ਹਾਂ ਦੇ ਉੱਪਰ ਗੋਲੀਆਂ ਚਲਾਉਣ ਦਾ ਜਿਹੜਾ ਹੁਕਮ ਦਿੱਤਾ ਸੀਗਾ ਕਹਿੰਦੇ ਇਸ ਖੂਨੀ ਸੱਕੇ ਦੇ ਵਿੱਚ ਲਗਭਗ ਜਿਹੜੇ 1000 ਲੋਕ ਮਾਰੇ ਗਏ ਸੀ ਅਤੇ 3000 ਤੋਂ ਵੱਧ ਲੋਕ ਜ਼ਖਮੀ ਹੋਏ ਸੀ ਪਰ ਜੇਕਰ ਆਪਾਂ ਦੇਖੀਏ ਨੇ ਕਿਤਾਬਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਬਹੁਤ ਘੱਟ ਦਿਖਾਈਆਂ ਜਾਂਦੀਆਂ ਨੇ ਇਹ ਬਹੁਤ ਘੱਟ ਦਿਖਾਈਆਂ ਜਾਂਦੀਆਂ ਨੇ ਕਿਉਂਕਿ 20000 ਤੋਂ ਵੱਧ ਜਿਹੜੇ ਲੋਕ ਸਿੱਥੇ ਇਕੱਠੇ ਸੀਗੇ ਤਮਾਨਿਕੇ ਚਲੇ ਕਿ 1000 ਲੋਕ ਮਰੀ ਹੋਣਗੇ ਪਤਾ ਨਹੀਂ ਕਿੰਨੇ ਕੁ ਲੋਕ ਮਰੀ ਸੀ ਤੇ ਕਿੰਨੇ ਕੁ ਜ਼ਖਮੀ ਹੋਏ ਸੀ ਉੱਥੇ ਤੇ ਉਸ ਤੋਂ ਬਾਅਦ ਨਾ ਕਹਿੰਦੇ ਇੰਨਾ ਕੁਝ ਕਰਨ ਤੋਂ ਬਾਅਦ ਵੀ ਜਰਨਲ ਡਾਇਰ ਨੂੰ ਕੀ ਨਹੀਂ ਹੋਈ ਸੀ ਸ਼ਾਂਤੀ ਨਹੀਂ ਮਿਲੀ ਸੀ ਤੇ ਉਸ ਤੋਂ ਬਾਅਦ ਇੱਕਦਮ ਉਹਨਾਂ ਨੇ ਕਾਰਫਿਊ ਦੀ ਕਾਰਫਿਊ ਲਗਾਤਾ ਸੀ ਪੂਰੇ ਅਮਰਸਰ ਸ਼ਹਿਰ ਦੇ ਵਿੱਚ ਕਿ ਜਿਹੜੇ ਉੱਥੇ ਲੋਕ ਤੜਫਰੇ ਨੇ ਮਰ ਰਹੇ ਨੇ ਉਹਨਾਂ ਦੇ ਕੋਈ ਉਪਚਾਰ ਵੀ ਨਾ ਕਰ ਸਕੀ ਉਥੇ ਪਾਇਆ ਪੇ ਮਰ ਗਈ ਵਿਚਾਰੀ ਸਾਰੀ ਇਸ ਤੋਂ ਬਾਅਦ ਕਹਿੰਦੇ ਭਾਰਤੀ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਵਧੇ ਇਸ ਈ ਨੂੰ ਲੈ ਕੇ ਕਿਉਂ ਅੰਗਰੇਜ਼ਾਂ ਦੇ ਹੋਰ ਵੀ ਜਿਹੜੇ ਇਹਨਾਂ ਦੇ ਵਿਰੁੱਧ ਹੋਰ ਵੀ ਜ਼ਿਆਦਾ ਭੜਕ ਉੱਠੀ ਸੀ ਜਿਹੜੇ ਪੰਜਾਬ ਦੇ ਵਿੱਚ ਇਹ ਘਟਨਾ ਹੋਈ ਸੀ ਕੋਈ ਇੱਕ ਥਾਂ ਤੇ ਨਹੀਂ ਹੋਈ ਆਪਾਂ ਕਹਿ ਸਕਦੇ ਰੋਸ ਪ੍ਰਦਰਸ਼ਨ ਨਹੀਂ ਹੋਏ ਸੀ ਬਲਕਿ ਪੂਰੇ ਭਾਰਤ ਦੇ ਵਿੱਚ ਜਦ ਇਹ ਗੱਲ ਫੈਲੀ ਤੇ ਸਭ ਨੇ ਜਿਹੜੀ ਅੰਗਰੇਜ਼ੀ ਸਰਕਾਰ ਦੀ ਬਹੁਤ ਜ਼ਿਆਦਾ ਨਿੰਦਿਆ ਕੀਤੀ ਸੀ ਉਸ ਤੋਂ ਬਾਅਦ ਦੇਖੋ ਖিলাਫਤ ਅਤੇ ਨਾਮ ਮਿਲਵਰਤਨ ਖিলাਫਤ ਅਤੇ ਨਾਮ ਮਿਲਵਰਤਨ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕਹਿੰਦੇ ਤੁਰਕੀ ਦੇਸ਼ ਨੇ ਜਰਮਨੀ ਦੇਸ਼ ਦੀ ਸਹਾਇਤਾ ਕੀਤੀ ਸੀ ਜੋ ਕਿ ਅੰਗਰੇਜ਼ਾਂ ਦੇ ਨਾਲ ਯੁੱਧ ਕਰ ਰਿਹਾ ਸੀ ਤੁਰਕੀ ਜਿਹੜਾ ਉਹ ਜਰਮਨੀ ਦੇਸ਼ ਦੇ ਨਾਲ ਯੁੱਧ ਕਰ ਰਿਹਾ ਸੀਗਾ ਤੁਰਕੀ ਦੇਸ਼ ਨੇ ਜਰਮਨੀ ਦੇਸ਼ ਦੀ ਸਹਾਇਤਾ ਕੀਤੀ ਸੀ ਠੀਕ ਹੈ ਜੀ ਜਿਹੜਾ ਜਰਮ ਅ ਅੰਗਰੇਜ਼ਾਂ ਦੇ ਵਿਰੁੱਧ ਕੀ ਕਰ ਰਿਹਾ ਸੀਗਾ ਯੁੱਧ ਕਰ ਰਿਹਾ ਸੀਗਾ ਹੁਣ ਤੁਰਕੀ ਕੀ ਕੀਤਾ ਉੱਥੇ ਕੌਣ ਬੈਠਦਾਗਾ ਜੇਕਰ ਆਪ ਮੰਨੀਏ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਤੁਰਕੀ ਨੂੰ ਇੱਕ ਹੱਜ ਦੀ ਤਰ੍ਹਾਂ ਪੁੰਚਦੇ ਨੇ ਕਿਉਂ ਕਿਉਂਕਿ ਜਿਹੜਾ ਇਹਨਾਂ ਦਾ ਉੱਥੇ ਖਲੀਫਾ ਹੈਗਾ ਜਿਹੜਾ ਧਾਰਮਿਕ ਨੇਤਾ ਉਹ ਤੁਰਕੀ ਦੇ ਵਿੱਚ ਬੈਠਦਾ ਉਸ ਸਮੇਂ ਕਿਹੜਾ ਸੀਗਾ ਅਬਦੁਲ ਹਮੀਦ ਦੂਸਰਾ ਅਬਦੁਲ ਹਮੀਦ ਦੂਸਰਾ ਸੀ ਉਸ ਟਾਈਮ ਦੇ ਵਿੱਚ ਪਹਿਲੇ ਵਿਸ਼ੂ ਯੁੱਧ ਉੱਤੇ ਦੇ ਵਿੱਚ ਕਹਿੰਦੇ ਭਾਰਤੀ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਪਰ ਇਸ ਯੁੱਧ ਦੇ ਖਤਮ ਹੋਣ ਤੋਂ ਬਾਅਦ ਤੁਰਕੀ ਦੇਸ਼ ਨੂੰ ਕਈ ਹਿੱਸਿਆਂ ਵਿੱਚ ਵੰਨ ਦਿੱਤਾ ਹੁਣ ਦੇਖੋ ਮੁਸਲਮਾਨਾਂ ਨੂੰ ਉਮੀਦ ਸੀ ਕਿ ਜਦੋਂ ਅਸੀਂ ਅੰਗਰੇਜ਼ਾਂ ਦਾ ਸਰਸਾਦ ਦਿੱਤਾ ਤਾਂ ਇਹ ਸਾਡੇ ਧਾਰਮਿਕ ਨੇਤਾ ਨੂੰ ਕੁਝ ਨਹੀਂ ਕਹਿਣਗੇ ਜੇ ਸਾਡੀ ਜਿਹੜੀ ਭਾਈਚਾਰੇ ਨੂੰ ਕੁਝ ਨਹੀਂ ਕਹਿਣਗੇ ਪਰ ਅੰਗਰੇਜ਼ ਇਸ ਤੋਂ ਉਲਟ ਚੱਲੇ ਉਸਨੇ ਕੀ ਕੀਤਾ ਤੁਰਕੀ ਦੇਸ਼ ਨੂੰ ਕਹਿੰਦੇ ਕਈ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਤੇ ਜਿਹੜਾ ਖਲੀਫਾ ਸੀਗਾ ਉਸ ਨੂੰ ਕੀ ਕਰ ਲਿਆ ਗ੍ਰਿਫਤਾਰ ਕਰ ਲਿਆ ਤਾਂ ਕਿ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨਹੀਂ ਸਹਿ ਸਕਣਗੇ ਨਹੀਂ ਉਹਨਾਂ ਨੇ ਇਸ ਜਿਹੜਾ ਗੁੱਸਾ ਦਿਖਾਇਆ ਅਤੇ ਮੁਸਲਮਾਨਾਂ ਨੇ ਅੰਗਰੇਜ਼ਾਂ ਦਾ ਵਿਰੋਧ ਕਰਨ ਦੇ ਲਈ ਖিলাਫਤ ਅੰਦੋਲਨ ਸਟਾਰਟ ਕੀਤਾ ਇਹ ਮੁਸਲਮਾਨੀ ਅੰਦੋਲਨ ਸੀ ਖিলাਫਤ ਅੰਦੋਲਨ ਇਸ ਅੰਦੋਲਨ ਦੇ ਵਿੱਚ ਕਹਿੰਦੇ ਸ਼ੌਕਤ ਅਲੀ ਮੁਹੰਮਦ ਅਲੀ ਅਬੁਲ ਕਲਾਮ ਆਜ਼ਾਦ ਤੇ ਅਜ਼ਮਲ ਖਾਨ ਨੇ ਕੀ ਕੀਤੀ ਸੀ ਅਗਵਾਈ ਕੀਤੀ ਸੀ ਜਿਹੜੇ ਇਹ ਨੇਤਾ ਸੀ ਇਹਨਾਂ ਨੇ ਇਸ ਜਿਹੜੀ ਅੰਦੋਲਨ ਦੀ ਅਗਵਾਈ ਕੀਤੀ ਸੀ ਤੇ ਇਸ ਦੇ ਨਾਲ-ਨਾਲ ਜਿਹੜੇ ਆਪਣੇ ਇੰਡੀਆ ਦੇ ਨੇਤਾ ਸੀਗੇ ਮਹਾਤਮਾ ਗਾਂਧੀ ਬਾਲ ਗੰਗਾਧਰ ਤਿਲਕ ਹਿੰਦੂਆਂ ਅਤੇ ਮੁਸਲਮਾਨਾਂ ਦੀ ਏਕਤਾ ਸਹਪਤ ਕਰ ਲਈ ਇਹਨਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਹਿੱਸਾ ਲਿਆ ਸੀਗਾ ਕਿਉਂਕਿ ਇਹ ਕਿਹਾ ਹੈ ਨੇ ਕਿ ਮੁਸਲਮਾਨਾਂ ਨੇ ਕੀ ਕੀਤੀ ਸੀ ਮਹਾਤਮਾ ਗਾਂਧੀ ਤੋਂ ਸਹਾਇਤਾ ਦੀ ਮੰਗ ਕੀਤੀ ਸੀ ਪਰ ਮਹਾਤਮਾ ਗਾਂਧੀ ਨੇ ਇਹਨਾਂ ਨੂੰ ਮਨਾਂ ਨਹੀਂ ਕੀਤਾ ਸੀ ਬਲਕਿ ਇਹਨਾਂ ਦਾ ਪੂਰਾ ਸਾਥ ਦਿੱਤਾ ਸੀ ਖিলাਫਤ ਅੰਦੋਲਨ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਨਾਮ ਮਿਲਵਰਤਨ ਅੰਦੋਲਨ 1920 ਦੇ ਵਿੱਚ ਕਹਿੰਦੇ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਦੇ ਖਿਲਾਫ ਨਾਮ ਮਿਲਵਰਤਨ ਅੰਦੋਲਨ ਦੀ ਜਿਹੜੀ ਸਟਾਰਟ ਸਥਾਪਨਾ ਕੀਤੀ ਸੀ ਜਾਂ ਸਟਾਰਟ ਕੀਤਾ ਸੀ ਉਦੇਸ਼ ਕੀ ਕੀ ਸੀ ਇਹਦੇ ਹਿੰਦੂ ਮੁਸਲਮਾਨਾਂ ਦੇ ਵਿੱਚ ਏਕਤਾ ਨੂੰ ਪੈਦਾ ਕਰਨਾ ਸੀਗਾ ਅੰਗਰੇਜ਼ੀ ਸਰਕਾਰ ਤੋਂ ਸਵਰਾਜ ਦੀ ਜਾਂ ਆਜ਼ਾਦੀ ਦੀ ਪ੍ਰਾਪਤੀ ਕਰਨਾ ਸੀ ਤੁਰਕੀ ਦੇ ਸੁਲਤਾਨ ਜਾਂ ਖਲੀਫਾ ਦੇ ਨਾਲ ਅੰਗਰੇਜ਼ਾਂ ਵੱਲੋਂ ਕੀਤੇ ਜਾਂਦੇ ਅਨਿਆਂ ਨੂੰ ਦੂਰ ਕਰਨਾ ਸੀ ਨਾ ਮਿਲਵਰਤਨ ਅੰਦੋਲਨ ਦੇ ਕੰਮ ਕਿਹੜੇ-ਕਿਹੜੇ ਸੀ ਸਰਕਾਰੀ ਨੌਕਰੀਆਂ ਤਿਆ ਕਰਨਾ ਹੁਣ ਦੇਖੋ ਜਦੋਂ ਇੰਨਾ ਕੁਝ ਹੋ ਗਿਆ ਨਾ ਜਦੋਂ ਇਹਨਾਂ ਨੇ ਨਾ ਮਿਲਵਰਤਨ ਅੰਦੋਲਨ ਦੇ ਵਿੱਚ ਜਿਹੜੀਆਂ ਮੰਗਾਂ ਸੀ ਰੱਖੀਆਂ ਸੀ ਪਰ ਉਸ ਜਿਹੜੇ ਆਪਾਂ ਕਹਿ ਸਕਦੇ ਹਾਂ ਅੰਗਰੇਜ਼ਾਂ ਨੇ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਸੀ ਤਾਂ ਇਸ ਤੋਂ ਜਿਹੜੇ ਨਿਰਾਸ਼ ਹੋ ਕੇ ਗਾਂਧੀ ਜੀ ਨੇੜਿਆਂ ਦਾ ਅੰਦੋਲਨ ਦੇ ਕਈ ਕੰਮ ਚਲਾਏ ਜਿਹਦੇ ਵਿੱਚ ਕੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਪ੍ਰੋਪਰ ਤੌਰ ਤੇ ਬਾਈਕਾਟ ਕਰ ਦੋ ਇਹਨਾਂ ਦਾ ਨਾ ਹੀ ਕੋਈ ਅੰਗਰੇਜ਼ਾਂ ਦੀ ਸਰਕਾਰੀ ਨੌਕਰੀਆਂ ਤੇ ਜਾਊਗਾ ਨਾ ਹੀ ਕੋਈ ਇਹਨਾਂ ਦੀ ਉਪਾਦੀਆਂ ਲਊਗਾ ਸਭ ਵਾਪਿਸ ਕਰ ਦੋ ਨਾ ਹੀ ਕੋਈ ਇਹਨਾਂ ਦੇ ਸਰਕਾਰੀ ਜਿਹੜੇ ਉਤਸਵ ਮਨਾਉਣਗੇ ਉਹਨਾਂ ਵਿੱਚ ਹਿੱਸਾ ਲਊਗਾ ਨਾ ਹੀ ਕੋਈ ਇਹਨਾਂ ਦੇ ਬਣਾਏ ਹੋਏ ਕੱਪੜੇ ਪੈਨੂਗਾ ਬਲਕਿ ਖੁਦ ਦੇ ਕੱਪੜੇ ਬਣਾਓ ਤੇ ਉਹੀ ਪੈਨੋ ਸਵਦੇਸ਼ੀ ਨੂੰ ਅਪਣਾਓ ਤੇ ਅੰਗਰੇਜ਼ੀ ਸਰਕਾਰ ਦੇ ਸਮਾਨ ਦਾ ਪੂਰੀ ਤਰ੍ਹਾਂ ਕੀ ਕਰੋ ਬਾਈਕਾਟ ਕਰੋ ਤੇੜੇ ਭਾਰਤੀ ਲੋਕਾਂ ਨੇ ਕਹਿੰਦੇ ਪੂਰੀ ਤਰ੍ਹਾਂ ਸਾਥ ਦਿੱਤਾ ਇਸ ਚੀਜ਼ ਦਾ ਪਰ ਹੌਲੀ-ਹੌਲੀ ਇਹ ਵੀ ਮੰਨਿਆ ਜਾਂਦਾ ਕਿ ਕਿੰਨਾ ਕੁ ਟਾਈਮ ਸਾਲ ਜੇ 6 ਮਹੀਨੇ ਮੰਗਰੋਂ ਬੱਚੇ ਸੀ ਜਿਹੜੇ ਸਕੂਲ ਨਾ ਗਏ ਕੋਈ ਨੌਕਰੀ ਇਥੇ ਨਾ ਗਏ ਪਰ ਖਾਣ ਪੀਣ ਨੂੰ ਵੀ ਕਿੱਥੋਂ ਆਵਿਗਾ ਨਾ ਫਿਰ ਕਹਿੰਦੇ ਹੌਲੀ-ਹੌਲੀ ਜਾ ਕੇ ਜਦ ਇਹ ਜਿਹੜਾ ਅੰਦੋਲਨ ਸੀ ਉਹ ਅੰਗਰੇਜ਼ੀ ਸਰਕਾਰ ਨੇ ਤੇ ਇੱਕ ਵੀ ਮੰਗ ਨਹੀਂ ਮੰਨੀ ਕਹਿੰਦੇ ਇਹ ਅੰਦੋਲਨ ਸੀ ਜਿਹੜਾ ਹੌਲੀ-ਹੌਲੀ ਕੀ ਪੈ ਗਿਆ ਮਦਦਮ ਪੈ ਗਿਆ ਤੇ ਲੋਕਾਂ ਨੇ ਦੁਬਾਰਾ ਹੀ ਕੀ ਕਰਨਾ ਸ਼ੁਰੂ ਕਰਤਾ ਨੌਕਰੀਆਂ ਤੇ ਜਾਣਾ ਵਾਪਿਸ ਜਿਹੜਾ ਸਟਾਰਟ ਕਰਤਾ ਹਰ ਇੱਕ ਚੀਜ਼ ਕਰਨੀ ਪਈ ਇਹਨਾਂ ਨੂੰ ਦੁਬਾਰਾ ਕਿਉਂਕਿ ਜਦੋਂ ਦੇਸ਼ ਹੀ ਇਹਨਾਂ ਦੇ अधीन ਹੋ ਗਿਆ ਨਾ ਮਿਲਵਨ ਵਰਤਣ ਅੰਦੋਲਨ ਦੀ ਪ੍ਰਕৃতি ਕਿਹੜੀ ਸੀ ਮਹਾਤਮਾ ਗਾਂਧੀ ਨੇ ਕਹਿੰਦੇ ਆਪਣੇ ਕੇਸਰੀ ਹਿੰਦੀ ਦੀ ਉਪਾਧੀ ਸੀ ਜਿਹੜੀ ਉਹ ਵਾਪਸ ਕਰਤੀ ਸਰਕਾਰ ਨੂੰ ਇਹਨਾਂ ਦੀ ਜਿਹੜੀ ਉਪਾਧੀ ਸੀ ਵਾਪਸ ਕਰਤੀ ਇਹਨਾਂ ਨੇ ਬਹੁਤ ਸਾਰੇ ਭਾਰਤੀ ਨੇ ਕਹਿੰਦੇ ਇਸ ਅੰਦੋਲਨ ਦੇ ਵਿੱਚ ਹਿੱਸਾ ਲਿਆ ਤੇ ਸਰਕਾਰੀ ਨੌਕਰੀਆਂ ਸੁਵਲਤ ਤੇ ਕਾਲਜਾਂ ਤਿਆਗ ਦਿੱਤੇ ਜਿਵੇਂ ਤੁਹਾਨੂੰ ਪਿੱਛੇ ਦੱਸਿਆਗਾ ਕਹਿੰਦੇ ਦੇਸ਼ ਦੇ ਸੈਂਕੜੇ ਵਕੀਲਾਂ ਨੇ ਆਪਣੀ ਵਕਾਲਤ ਛੱਡ ਦਿੱਤੀ ਜਿਨ੍ਹਾਂ ਦੇ ਵਿੱਚ ਕਿਹੜੇ-ਕਿਹੜੇ ਨੇਤਾ ਸੀ ਦੇਖੋ ਮੋਤੀ ਲਾਲ Nehru ਡਾਕਟਰ ਜਿੰਦਰ ਪ੍ਰਸਾਦ ਆਰਸੀ ਦਾਸ ਸਰਦਾਰ ਪਟੇਲ ਲਾਲਾ ਲਾਜਪਤਰਾਏ ਆਦ ਦੇ ਨਾਮ ਕੀ ਨੇ ਪ੍ਰਸਿੱਧ ਨੇ ਇਸ ਚੀਜ਼ ਦੇ ਵਿੱਚ ਜਿਨ੍ਹਾਂ ਨੇ ਕੀ ਕੀਤਾ ਇਸ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਏ ਤੇ ਜਿਹੜੇ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਕੀ ਦਿਖਾਇਆ ਆਪਣਾ ਗੁੱਸਾ ਦਿਖਾਇਆ ਠੀਕ ਹੈ ਜੀ ਸਦ ਲਈ ਅੱਜ ਦੀ ਕਲਾਸ ਆਪਣੀ ਇੱਥੇ ਖਤਮ ਹੁੰਦੀ ਹੈ ਕੱਲ ਨੂੰ ਆਪਾਂ ਬਣਾਂਗੇ ਇਸ ਤੋਂ ਅੱਗੇ ਸੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਕਿਤੇ ਵੀ ਤੁਹਾਨੂੰ ਕੋਈ ਕਮੀ ਲੱਗਦੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕੱਲ ਨੂੰ ਆਪਾਂ ਪੜਾਂਗੇ ਸਾਈਮਨ ਕਮਿਸ਼ਨ ਬਾਰੇ ਤੇ ਕ੍ਰਾਂਤੀਕਾਰੀ ਲਹਿਰਾਂ ਜਿਹੜੀ ਅੱਗੇ ਆਪਣੀ ਸਟਾਰਟ ਹੋਣੀ ਹੈ ਉਹਨਾਂ ਬਾਰੇ ਪੜਾਂਗੇ ਆਪਾਂ ਸੋ ਇੱਕ ਗੱਲ ਹੋਰ ਹੈ ਕੀ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੀ ਆਪਣੇ ਚੈਨਲ ਦੇ ਉੱਪਰ ਘੱਟੋ-ਘੱਟ 432 ਸਬਸਕ੍ਰਾਈਬਰ ਨੇ ਹਨਾ ਪਰ ਲਾਈਕ ਕਿੰਨੇ ਹੁੰਦੇ ਨੇ ਡੇਲੀ 908 ਜੇਕਰ 432 ਦੇ ਬਤੀ ਸਬਸਕ੍ਰਾਈਬ ਨੇ ਜਿਹੜੇ ਲਾਈਕ ਕਰਨ ਜਾਂ 400 ਹੀ ਕਰ ਦੇਣ ਤਾਂ ਕਿੰਨੀ ਵਧੀਆ ਕਰ ਲੈਣਾ ਸੋ ਜੇਕਰ ক্লাস ਪਸੰਦ ਆ ਸੋ ਪਲੀਜ਼ ਲਾਈਕ ਜ਼ਰੂਰ ਕਰਨਾ ਤੇ ਦੂਸਰਾਂ ਤੱਕ ਵੀਡੀਓ ਨੂੰ ਪਹੁੰਚਾਓ ਤਾਂ ਕਿ ਜਿਹੜੀ ਅੱਗੇ ਆਉਣ ਵਾਲੀ ਪੇਪਰਾਂ ਦੇ ਵਿੱਚ ਤੁਹਾਨੂੰ ਜਿਹੜੇ ਬੈਨੀਫਿਟ ਮਿਲ ਸਕੀ ਸੋ ਥੈਂਕ ਯੂ ਮਿਲਦੇ ਆਕਰ ਨੂੰ ਟੇਕ ਕੇਅਰ ਬਾਏ ਬਾਏ